ਹੈਲੋ ਹੈਲੋ ਲੈ ਵੀ ਜਾਲੀ ਦੇ ਨਾਲ ਮੈਂ ਜਿਹੜਾ ਬਸ ਸ਼ੁਰੂ ਕਰਵਾ ਦਿਆਂਗਾ ਸਹੀ ਹੈ ਬੜਾ ਧੰਨਵਾਦ ਲਓ ਮਰਾਂ ਦੇ ਵਿੱਚ ਪਹਿਲੇ ਮੈਚ ਦੀ ਸ਼ੁਰੂਆਤ ਹੈ ਔਰ ਰਿਸ਼ੀ ਮੁਨੀਆ ਦਾ ਪਿੰਡ ਹੈ ਸਿੱਧਾਂ ਦੀ ਧਰਤੀ ਹੈ ਧੰਤਰ ਬਾਬਾ ਕੇਰਨਾਥ ਜਿਹਨਾਂ ਦੀ ਯਾਦ ਵਿੱਚ ਮੇਲਾ ਹੈ ਔਰ ਦੂਜਾ ਸ਼ਾਨਦਾਰ ਖੇਡ ਟੂਰਨਾਮੈਂਟ ਆ ਬਈ ਗਲਵਸ ਫੜਾ ਦਿਓ ਗਰਾਊਂਡ 'ਚ ਭਾਜੀ ਆਹ ਗਲਵਸ ਭਾਈਆ ਕੀਪਿੰਗ ਵਾਲੇ ਇਹ ਜ਼ਰੂਰ ਜਿਹੜੇ ਪਹੁੰਚਦੇ ਕਰ ਦਿਓ ਖੇਡ ਦੇ ਮੱਤ ਵਿੱਚ ਐਨ ਤਕੜੇ ਮੈਚ ਦੀ ਸ਼ੁਰੂਆਤ ਔਰ ਸੁਪਰ ਵਰਸੇ ਨੂਰਪੁਰ ਮੇਰੇ ਬਾਲਾ ਵੀ ਦੇ ਰਹੇ ਯਾਰ ਲੈ ਸਾਊਂਡ ਵਾਲਾ ਬਾਈ ਕਿੱਥੇ ਉਹਨੂੰ ਬੁਲਾ ਲਓ ਬੜਾ ਜਿਹਾ ਯਾਰ ਸਾਊਂਡ ਵਾਲਾ ਬਾਈ ਸਾਊਂਡ ਵਾਲਾ ਉਹਨੂੰ ਬੁਲਾ ਲਾ ਮਾੜਾ ਜਿਹਾ ਬਸ ਸਹੀ ਕਰਵਾ ਲਈਏ ਫਿਰ ਕਿਉਂ ਮੈਚ ਵਧੀਆ ਔਰ ਧੰਨਵਾਦ ਹੈ ਉੱਧਰ ਕੋਠੇ ਬੁੰਨੇ ਵੀ ਆ ਗਏ ਬੇਦੀ ਵਰਗੇ ਨਾਲ ਸਾਡੇ ਤੋਤੀ ਵਰਗੇ ਵੀਰ ਤੇ ਨਾਲ ਕਹਿੰਦੇ ਨਿੱਕਾ ਬੁੱਢਿਆ ਬੜਾ ਧੰਨਵਾਦ ਸਾਡੇ ਸਾਰੇ ਭਰਾਵਾਂ ਦਾ ਲੈ ਵੀ ਜਲਦੀ ਦੇ ਨਾਲ ਵੀ ਸਾਊਂਡ ਵਾਲੇ ਨੂੰ ਬੁਲਾਉਣਾ ਹੈ ਸਾਊਂਡ ਵਾਲੇ ਬਾਈ ਨੂੰ ਲੈ ਵੀ ਗਰਾਂ ਸ਼ੁਰੂ ਕਰਿਆ ਮੈਚ ਜਲਦੀ ਦੇ ਨਾਲ ਪਹਿਲੇ ਮੈਚ ਦੀ ਸ਼ੁਰੂਆਤ ਹੈ ਅੰਬਰ ਲਾਲੂ ਫੀਲਡ ਛੇਤੀ ਯਾਰ ਨਾਲੇ ਵੀਰੇ ਕੋਈ ਵੀ ਟੀਮ ਵਾਲਾ ਪਲੇਅਰ ਸਟੇਜ ਤੇ ਨਹੀਂ ਬੈਠੇਗਾ ਔਰ ਚਾਰੇ ਪਾਸੇ ਆਪਣੇ ਜਿਹੜੇ ਕੁਰਸੀਆਂ ਲੱਗੀਆਂ ਹੈ ਇੱਕ ਸਕੋਰ ਬੋਰਡ ਤੇ ਲਵੀ ਜਾਲੀ ਦੇ ਨਾਲ ਅੱਜ ਸ਼ੁਰੂਆਤ ਜਿਹੜੀ ਥੋੜੀ ਲੇਟ ਹੈ ਪਰ ਫਿਰ ਵੀ ਧੰਨਵਾਦ ਹੈ ਪ੍ਰਬੰਧਕਾਂ ਦਾ ਜਿਹੜੇ ਖਿਡਾਰੀਆਂ ਦਾ ਸਾਥ ਦੇ ਰਹੇ ਹੈ ਉੱਧਰ ਵੱਡੇ ਛੋਟੇ ਵੀਰ ਹੈ ਪਿਤਾ ਸਮਾਨ ਬਜ਼ੁਰਗ ਔਰ ਸਾਰੀ ਪ੍ਰਬੰਧਕ ਕਮੇਟੀ ਦਾ ਜਿਹੜਾ ਦਿਲੋਂ ਧੰਨਵਾਦ ਹੈ ਔਰ ਗਰਮੀ ਵੀ ਥੋੜ੍ਹੀ ਅੱਜ ਜ਼ਿਆਦਾ ਹੋ ਗਈ ਹੈ ਲਵੀ ਜਾਲੀ ਨਵੀਂ ਜਾਲੀ ਦੇ ਨਾਲ ਮੈਚ ਸ਼ੁਰੂ ਕਰਵਾ ਰਹੇ ਭਰਾ ਨੌਜਵਾਨ ਪਹਿਲੇ ਮੈਚ ਦੀ ਸ਼ੁਰੂਆਤ ਖੇਡ ਮੈਦਾਨ ਦੇ ਵਿੱਚ ਵੀ ਜਿਹੜਾ ਤੀਰ ਨਿਸ਼ਾਨੇ ਖੋਜਦੇ ਉਹ ਕਾਹਦਾ ਇਹ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਵੀ ਜਿਹੜਾ ਪਹਿਲਾ ਗਰਜੇਵਾਰ ਪਹਿਲੀ ਬਾਲ ਹੈ ਖੇਡ ਦੇ ਮੈਦਾਨ ਵਿੱਚ ਨਾਲੇ ਜਿਹੜੇ ਭਰਾ ਬੈਠੇ ਨੇ ਗਰਾਊਂਡ ਦੇ ਵਿੱਚ ਉਹ ਪਲੀਜ਼ ਬਾਹਰ ਹੋ ਜਾਣ ਮੇਰੀ ਬੇਨਤੀ ਹੈ ਭਰਾਵਾਂ ਨੂੰ ਮਹਿਰ ਸਾਹਿਬ ਇੱਧਰੋਂ ਵੀ ਠਾਰੇ ਹੋ ਉੱਧਰੋਂ ਵੀ ਠਾਰੇ ਹੋ ਮੇਰੇ ਬਾਹਰ ਮੇਰੀ ਬੇਨਤੀ ਹੈ ਗਰਾਊਂਡ ਜਿਹੜਾ ਕਲੀਅਰ ਕਰ ਦਈਏ ਆਪਾਂ ਮੇਰੇ ਹੱਟ ਥੱਲੇ ਉੱਪਰ ਹੋ ਜਾਓ ਇੱਥੋਂ ਠੋੜੂ ਮੇਰੇ ਜਿਹੜੇ ਸ਼ੇਡ ਥੱਲੇ ਬੈਠੇ ਨੇ ਬੜਾ ਧੰਨਵਾਦ ਕਿੱਧਰ ਨਹੀਂ ਖੜਨਾ ਮੇਰੇ ਇੱਥੇ ਖੜਨਾ ਨਹੀਂ ਭਰਾ ਜਿਹੜੀ ਕਲੀ ਪਾਈ ਤੂੰ ਬਾਉਂਡਰੀ ਲੈਣ ਤੋਂ ਬਾਹਰ ਚੱਲ ਜਾਓ ਮੇਰੇ ਵੀਰ ਅੰਬੈਰ ਸਾਹਿਬ ਤੁਸੀਂ ਆਖ ਦਿਓ ਬਾਈ ਉਹਨੂੰ ਬਿਲਕੁਲ ਵੀਰੇ ਜਿਹੜੇ ਮੂੰਗਫਲੀ ਖਾਣੇ ਮੇਰੇ ਛਿਲਕੇ ਲਿਫਾਫੇ 'ਚ ਪਾ ਕੇ ਬਾਹਰ ਸੁੱਟਣੇ ਵੀਰੇ ਹਾਂ ਖਾਣ ਕਿਉਂ ਨਹੀਂ ਮੇਰੇ ਮੂੰਗਫਲੀ ਗਰਾਊਂਡ 'ਚ ਜਿਹੜਾ ਕੁਝ ਖਾਣਾ ਗਰਾਊਂਡ ਤੋਂ ਬਾਹਰ ਖਾਣਾ ਹੈ ਡਸਟਬਿਨ ਲੱਗੇ ਨੇ ਉਹਦੇ ਵਿੱਚ ਸੁੱਟਣਾ ਵੀਰੇ ਧੰਨਵਾਦ ਹੈ ਲਓ ਪਹਿਲੀ ਬਾਲ ਤੇ ਬਰੇਲੇ ਪਿੰਡ ਦਾ ਸੁੱਖਾ ਜਿਲ੍ਹੇ ਮੋਗੇ ਦਾ ਮਾਣ ਖੇਡਿਆ ਸ਼ਾਟ ਤੇ ਰਵੀ ਨੂਰਪੁਰ ਵੀਰ ਦਾ ਟਰਾਈ ਕਰਦਾ ਹੈ ਰਨ ਇੱਕ ਤੇ ਕਹਿੰਦੇ ਵਿਖਦਾ ਵੀ ਦੂਰਾ ਵਾਧਾ ਹੋ ਚੁੱਕਿਆ ਹੈ ਸਾਹਮਣੇ ਫੇਰ ਉਹੀ ਹੈ ਜਿਹਨੇ ਕੁੱਬ ਦੇ ਵੱਡੇ ਮੇਲੇ ਤੇ ਐਨ ਮੋਟਰਸਾਈਕਲ ਜਿੱਤੇ ਤੇ ਬਰੇਲ ਨੂੰ ਦੱਸਿਆ ਹੈ ਵੀ ਸੁੱਖਾ ਕਿਹੜੀ ਬਲਾ ਦਾ ਨਾਮ ਹੈ ਲਓ ਮੱਲੀ ਪਰਿਵਾਰ ਦਾ ਮੁੰਡਾ ਹੈ ਹਾਂ ਲੁਧਿਆਣੇ ਜ਼ਿਲ੍ਹੇ ਦੀ ਖਾਸੀਅਤ ਔਰ ਬੜੇ ਸੋਹਣੇ ਗਰਾਊਂਡ ਜਿਹੜੇ ਬਣਾਏ ਹੈ ਔਰ ਇੱਥੋਂ ਪਤਾ ਲੱਗਦਾ ਵੀ ਪਿੰਡ ਤਰੱਕੀ ਦੇ ਵਿੱਚ ਹੈ ਲਓ ਬੱਲੇ 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 ਵਾਹ ਉਹ ਸੁੱਖੇ ਹੈ ਐਨ ਟਿਕਾਣੇ ਦਾ ਛੱਕਾ ਕਹਿੰਦੇ ਜਿਹੜਾ ਘੁੱਦੀ ਨੂੰ ਮਾਰ ਦਿੱਤਾ ਹੈ ਐਨ ਪਟਾਕੇ ਪੈ ਰਹੇ ਹੈ ਪਹਿਲਾ ਮੈਚ ਹੈ ਤੇ ਦੋ ਬਾਲਾਂ ਦੇ ਵਿੱਚ ਕਹਿੰਦੇ ਅੱਠ ਵੜ ਗਏ ਹੈ ਸੱਤੂ ਆ ਗਿਆ ਕਹਿੰਦੇ ਕੋਰੇ ਵਾਲੇ ਪਿੰਡ ਦਾ ਇਹਦਾ ਵੀ ਧੰਨਵਾਦ ਹੈ ਜਿਹੜੇ ਮੋਗੇ ਦੇ ਜੋ ਸਾਰੇ ਪਲੇਅਰ ਬੁੱਝੇ ਹੋਏ ਹੈ ਗੱਲਾਂ ਲੁਧਿਆਣੇ ਵਾਲੇ ਦੀਆਂ ਤੇ ਗੱਲਾਂ ਕਹਿੰਦੇ ਬਠਿੰਡੇ ਵਾਲਿਆਂ ਦੀਆਂ ਤੇ ਅੱਜ ਕਹਿੰਦੇ ਵੱਡੇ ਵਾਲਾ ਹੈ ਕਾਸਕੋ ਦੀ ਦੁਨੀਆ ਨੇ ਲਓ ਗੁਰਪ੍ਰੀਤ ਸਿੰਘ ਬਾਲ ਬੋਲੀ ਵਾਧਾ ਹੋਇਆ ਕੱਲ੍ਹ ਭਾਵੇਂ ਮੱਛੀ ਮੋਟਰ ਜਿਹੜਾ ਹੈ ਪਰ ਕਹਿੰਦੇ ਵੱਡੇ ਵੱਡੇ ਕਾਰਨਾਮੇ ਕਰਨ ਵਾਲਾ ਖਿਡਾਰੀ ਹੈ ਗੁਰਪ੍ਰੀਤ ਦੀ ਫੇਰ ਬਾਲ ਉਹ ਸਾਹਮਣੇ ਐਨ
ਗੱਲ ਕਰ ਦਿੱਤੀ ਹੈ। ਮੁੰਡਾ ਕਹਿੰਦੇ ਲੁਧਿਆਣੇ ਬੜਾ ਘੁੱਟੀ ਮਿਲ ਰਹੀ ਹੈ ਐਨ ਬੱਲੇ ਬੱਲੇ ਕੋਠੇ ਪੁਣੇ ਖੱਡੂ ਵੀਰੇ ਅਗਲਾ ਮੈਚ ਹੀ ਉਹਨਾਂ ਦਾ ਨਾਲੀ ਵੀਰੇ ਜੇ ਜਾਲ ਟੱਪ ਕੇ ਬਾਹਰ ਜਾਂਦੀ ਬੋਲ ਪਿੱਛੇ ਤਾਂ ਇੱਕ ਸਕੋਰ ਟੀਮਾਂ ਨੋਟ ਰੱਖਣ ਲੈਗ ਬਾਈ ਦਾ ਸਕੋਰ ਹੈਗੇ ਵੀਰੇ ਠੀਕ ਹੈ ਜੀ ਲੈਗ ਬਾਈ ਦੇ ਬਾਈ ਦੇ ਸਾਰੇ ਸਕੋਰ ਹੈ ਹਾਂਜੀ ਹਾਂਜੀ ਵੀਰੇ ਕੰਨੂ ਵੀ ਲਓ ਬਾਲ ਫੇਰ ਘੁੱਦੀ ਦੀ ਸਾਹਮਣੇ ਵੇਖਦਾ ਵੀ ਸੁੱਖਾ ਲਓ ਬੱਲੇ ਵਾਹ ਸੁੱਖੇ ਹੈ ਤਕੜਾ ਸ਼ਾਟ ਤੇ ਬਾਲ ਵੇਖਾਂਗੇ ਵੀ ਬਾਉਂਡਰੀ ਲਾਈਨ ਤੋਂ ਪਾਰ ਹੈ ਰਾਂਝੜੇ ਚਾਰ ਦਾ ਬਾਅਦ ਆ ਚੁੱਕੇ ਹੈ ਵੀ ਭੱਜਾਂ ਨੂੰ ਇੱਕੋ ਜਿੰਨੇ ਪਾੜ ਮਿੱਤਰੋ ਅੱਜ ਟੱਕਰੇ ਨੇ ਹਾੜੀਆਂ ਨੂੰ ਹਾੜ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਧੁੰਮ ਪੈ ਗਈ ਕੁਲਾਰਾ ਨੇ ਕ੍ਰਿਕਟ ਕੱਪ ਦੀ ਵਾਕਈ ਕਹਿੰਦੇ ਐਨ ਧੁੱਪ ਪਈ ਹੋਈ ਹੈ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਹੈ ਔਰ ਸੁਧਾਰ ਦਾ ਕਹਿੰਦੇ ਏਰੀਆ ਹੈ ਐਨ ਬੜਾ ਵਧੀਆ ਜਿਹੜਾ ਜ਼ਿਲ੍ਹਾ ਹੈ ਔਰ ਬੜਾ ਧੰਨਵਾਦ ਸਾਰੇ ਪ੍ਰਬੰਧਕ ਵੀਰਾਂ ਦਾ ਧਾਤਰ ਬਾਬਾ ਕੇਸਰ ਨਾਥ ਜੀ ਜਿਹਨਾਂ ਦੀ ਯਾਦ ਵਿੱਚ ਮੇਲਾ ਲੱਗਿਆ ਹੈ ਲਓ ਕੁੱਟੀ ਦੀ ਫੇਰ ਵਾਲ ਦੇ ਫੈਸਲੇ ਬਾਲ ਜਿਹੜੀ ਵਾਈਡ ਹੋ ਚੁੱਕੀ ਹੈ ਟੱਲਾ ਦੇ ਵੀਰੇ ਟਰੋਲੀ ਭਾਈ ਦੇ ਟੀਮਾਂ ਦੀ ਆ ਗਈ ਹੈ ਤਾਂ ਦੋਨੋਂ ਟੀਮਾਂ ਦੇ ਕੈਪਟਨ ਵੀਰੇ ਟਾਸ ਕਰ ਲੈਣ ਚੱਲਦੇ ਮੈਚ ਦਾ ਸਮਾਂ ਟੀਮਾਂ ਨੂੰ ਟੱਲਾ ਤੇ ਟਰੋਲੀ ਭਾਈ ਦੀ ਟੀਮ ਹੈ ਲੋ ਬਾਲ ਕਹਿੰਦੇ ਵਾਈ ਦੇ ਕਰਾਂਦਾ ਕਹਿੰਦੇ ਵਾਧਾ ਹੋਇਆ ਉਧਰ ਕਪਲ ਕੁਠਾਲੀ ਵਾਲਾ ਸਾਡਾ ਭਰਾ ਉਹ ਵੀ ਕਹਿੰਦੇ ਬੋਲ ਬੋਲਦਾ ਮਾਈਕ ਦੇ ਉੱਪਰ ਔਰ ਉਹ ਵੀ ਪੁੱਜਿਆ ਹੋਇਆ ਬੜਾ ਧੰਨਵਾਦ ਬੋਲਾਂ ਦਾ ਬਣਜਾਰਾ ਔਰ ਕ੍ਰਿਕਟ ਦੀ ਦੁਨੀਆ ਵਿੱਚ ਇੱਕ ਵੱਖਰੀ ਪਹਿਚਾਣ ਹੈ ਉਹ ਵੀ ਪੁੱਜਿਆ ਲਓ ਤਕੜੀ ਬਾਲ ਅਪੀਲ ਹੋਈ ਹੈ ਪਰ ਫੈਸਲੇ ਓਵਰ ਦੀ ਜਿਹੜੀ ਸਮਾਪਤੀ ਹੈ ਲੈ ਵੀ ਰਨ ਦੱਸਦੇ ਪੰਜ ਬਾਲਾਂ ਦਾ ਓਵਰ ਹੈ ਵੀਰੇ ਪੰਜ ਬਾਲਾਂ ਹੋ ਗਈਆਂ ਮੈਂ ਸਭ ਧਿਆਨ ਰੱਖੋ ਹਾਂ ਓਵਰ ਹੋ ਗਿਆ ਇੱਕ ਓਵਰ ਤੇ 13 ਰਨ ਹੈ ਵੀਰੇ ਇੱਕ ਓਵਰ ਤੇ 13 ਜਿਹੜੇ ਰਨ ਹੈ ਔਰ ਦੂਜੇ ਓਵਰ ਦੀ ਸ਼ੁਰੂਆਤ ਕਈ ਮੋਟਰਸਾਈਕਲਾਂ ਦਾ ਕੋਹਲੀ ਪਰਿਵਾਰ ਦਾ ਰਵੀ ਨੂਰਪੁਰ ਵੇਟ ਦਾ ਟੋਨੀ ਨੂੰ ਦੁਨੀਆ ਜਾਣਦੀ ਹੈ ਚੋਨੀ ਦਾ ਨਾਮ ਵੱਡਾ ਹੈ ਔਰ ਜੈਕ ਵੀ ਕਹਿੰਦੇ ਕਮਾਲਪੁਰੇ ਦਾ ਬੈਸਟ ਬਾਲਰ ਰਿਹਾ ਹੈ ਜਿਹਨੂੰ ਕਹਿੰਦੇ ਟਰੋਲੀ ਭਾਈ ਦੇ ਵਿੱਚ ਮੋਟਰਸਾਈਕਲ ਦੇ ਕੇ ਵੱਡੇ ਮਾਰ ਕੀਤੇ ਅੱਜ ਉਹ ਵੀ ਪੁੱਜਿਆ ਹੋਇਆ ਲੈ ਵੀ ਟਰੋਲੀ ਤੇ ਡੱਲੇ ਦੀਆਂ ਟੀਮਾਂ ਦਾ ਇੰਤਜ਼ਾਰ ਹੈ ਡੱਲਾ ਕੀ ਵੀਰੇ ਟਰੋਲੀ ਭਾਈ ਠੀਕ ਹੈ ਜੀ ਲੈ ਵੀ ਜਲੀ ਦੇ ਨਾਲ ਮਹਿਰ ਸਾਹਿਬ ਚਾਰ ਓਵਰ ਹੈ ਔਰ 12 ਮਿੰਟ ਦੇ ਦਿਓ ਵੀ 12 ਮਿੰਟ 'ਚ ਚਾਰ ਓਵਰ ਕਰਨੇ ਜ਼ਰੂਰੀ ਹੈ ਹੋ ਜਾਣਗੇ ਵੀਰੇ ਹਾਂ ਕਿਨੇ ਨੂੰ 12 ਮਿੰਟ ਹੀ ਦਿਓ ਲਓ ਰਵੀ ਕਹਿੰਦੇ ਬਾਲ ਭਾਵੇਗਾ ਖੇਡ ਮੈਦਾਨ ਦੇ ਵਿੱਚ ਨੂਰਪੁਰ ਵੇਟ ਦੀ ਧਰਤੀ ਦਾ ਡੱਲੇ ਦੀ ਟੀਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਟਰੋਲੀ ਭਾਈ ਦੀ ਟੀਮ ਜਿਹੜੀ ਸਾਡੇ ਦਰਮਿਆਨ ਪੁੱਜ ਗਈ ਹੈ ਡੱਲੇ ਦੀ ਟੀਮ ਜਿੱਥੇ ਮੇਰੀ ਆਵਾਜ਼ ਸੁਣਦੇ ਸੰਪਰਕ ਕਰੇ ਲਓ ਰਵੀ ਦੀ ਬਾਲ ਕੰਨੂ ਦਾ ਵੀਰੇ ਪੰਜਵਾਂ ਸੇਵਾ ਮੈਚ ਹੋ ਗਿਆ ਤਕੜੀ ਬਾਲ ਹੈ ਪਹਿਲਾ ਮੈਚ ਹੈ ਪਹਿਲਾ ਸੇਵਾ ਹੋ ਗਈ ਕਹਿੰਦੇ ਰਸੂਲਪੁਰੀਆ ਆਊਟ ਹੋ ਚੁੱਕਿਆ ਖੇਡ ਮੈਦਾਨ ਦੇ ਵਿੱਚ ਤੇ ਕਹਿੰਦੇ ਸੋਨੀ ਆਵੇਗਾ ਭਰਾਉੜ ਦੀ ਧਰਤੀ ਦਾ ਲੰਮਾ ਸਮਾਂ ਕਹਿੰਦੇ ਕਾਂਗਿਆਂ ਦੀ ਟੀਮ ਲਈ ਖੇਡਿਆ ਪਰ ਅੱਜ ਕੱਲ੍ਹ ਭਰਾਉੜ ਦੇ ਵਿੱਚ ਰਹਿਣ ਬਸੇਰੇ ਹੈ ਤੇ ਗਗਨਾ ਵੀ ਕਹਿੰਦੇ ਭਰਾਉੜ ਵਾਲਾ ਜਿਹੜਾ ਫਰਿੱਜ ਦਾ ਜੇਤੂ ਬਣਿਆ ਟਰੋਲੀ ਭਾਈ ਦੇ ਕਿਲੇ ਤੇ ਵੱਡੀ ਮੁਬਾਰਕਬਾਦ ਐਨ ਸਾਰੇ ਖਿਡਾਰੀਆਂ ਦਾ ਬੜਾ ਧੰਨਵਾਦ ਹੈ ਸ਼ੇਰੀਆਂ ਮਾਮਾ ਨੇ ਅੱਜ ਦਲੇਰ ਪੁੱਤ ਕੁਲਾਰ ਦੇ ਵਿੱਚ ਪੁੱਜੇ ਹੋਏ ਹੈ ਐਨ ਕਹਿੰਦੇ ਵੱਡਾ ਮੇਲਾ ਹੈ ਔਰ ਲਾਸਟ ਬੋਲ ਹੈ ਲਓ ਸੋਨੀ ਕਹਿੰਦੇ ਭਰਾਉੜ ਵਾਲਾ ਜ਼ਿਲ੍ਹੇ ਬਰਨਾਲੇ ਦਾ ਕਹਿੰਦੇ ਖਿਡਾਰੀ ਹੈ ਵੀ ਮੋਟਰ ਮਿੱਤਰਾਂ ਦੀ ਚਲੋ ਬਰਨਾਲੇ ਚੱਲੀਏ ਪਹਾੜਾ ਨਹੀਂ ਲੱਗਣਾ ਸੀਟ ਉੱਤੇ ਬਹਿ ਜੀ ਬੱਲੀਏ ਅਗਲਾ ਬੱਲੇਬਾਜ ਲੈਗੰਬੈਰ ਕੋਲੇ ਆ ਜਾਏ ਵੀਰੇ ਰਸੂਲਪੁਰ ਦਾ ਅਗਲਾ ਪਲੇਅਰ ਲੈਗੰਬੈਰ ਕੋਲੇ ਆਵੇਗਾ ਰਸੂਲਪੁਰ ਦੀ ਟੀਮ ਦਾ ਬਲਵਿੰਦਰ ਵੀਰੇ ਕੋਠੇ ਪੁਣੇ 'ਚ ਖੇਡੂਗਾ ਵੀਰੇ ਖਿਡਾਰੀ ਹੈ ਔਰ ਦੁਨੀਆ ਕਹਿੰਦੇ ਪਿਆਰ ਕਰਦੀ ਹੈ ਵੱਖਰਾ ਇੱਕ ਨਾਮ ਹੈ ਅੱਜ ਹੀ ਆਪਣੇ ਕੋਠੇ ਪੁਣੇ ਕੋਠੇ ਪੁੱਜੇ ਸਣੀ ਸਤਿਆਣਾ ਤੇ ਤਲਵਿੰਦਰ ਸੁਸ਼ਣ ਖੇਡੂ ਵੀਰੇ
ਅਗਲਾ ਮੈਚ ਵੀਰੇ ਕੋਠੇ ਬਣੇ ਨਹੀਂ ਮਾਰ ਨਹੀਂ ਆਇਆ ਵੀਰੇ ਆਉਣਾ ਸੀਗਾ ਦੋਵਰ ਦੀ ਸਮਾਪਤੀ ਤੇ 19 ਰਨ ਜਿਹੜੇ ਹੋ ਗਏ ਨੇ ਦੋਵਰ ਦੀ ਸਮਾਪਤੀ ਤੇ ਰਨ ਜਿਹੜੇ 19 ਹੋ ਗਏ ਡੱਲੇ ਦੀ ਟੀਮ ਦਾ ਵੀਰੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਡੱਲਾ ਜਿੱਥੇ ਮੇਰੀ ਆਵਾਜ਼ ਸੁਣਦੀ ਹੈ ਵੀਰੇ ਨਹੀਂ ਵੀਰੇ ਜੀਵਾ ਨਹੀਂ ਆ ਰਿਹਾ ਡੱਲਾ ਵੀਰੇ ਡੱਲਾ ਪਤਾ ਨਹੀਂ ਵੀਰੇ ਡੱਲੇ ਦੀ ਟੀਮ ਦਾ ਮੈਚ ਹੈ ਡਰੋਲੀ ਦੇ ਨਾਲ ਡਰੋਲੀ ਦੀ ਟੀਮ ਆ ਗਈ ਹੈ ਇਹਦੇ ਦਾ ਸਮਾਂ ਵੀਰੇ 40 ਇਹਦੇ ਦਾ ਪਹਿਲੀ ਦਾ ਨਹੀਂ ਟਾਸ ਜੇਤੂ ਹੈ ਡਰੋਲੀ ਨੂੰ ਵੀਰੇ ਜੇ ਪਹਿਲੀ ਇਨਿੰਗ 'ਚ ਆ ਗਈ ਤਾਂ ਠੀਕ ਹੈ ਨਹੀਂ ਟਾਸ ਜੇਤੂ ਹੈ ਲਓ ਦੋ ਓਵਰ ਦੇ ਕਹਿੰਦੇ 19 ਸਕੋਰ ਹੋ ਗਏ ਹੈ ਤੀਜੀ ਓਵਰ ਦੀ ਸ਼ੁਰੂਆਤ ਕਮਾਲਪੁਰੇ ਦੇ ਕਾਬਰਾ ਬੈਸਟ ਬਾਲਰ ਜੈਗ ਆ ਗਏ ਕਹਿੰਦੇ ਖੇਡ ਮੈਦਾਨ ਦੇ ਵਿੱਚ ਜਿਹੜੇ ਟਰਾਲੀ ਦੇ ਵਿੱਚ ਵੱਡੇ ਮਾਣ ਕਮਾਲਪੁਰ ਦੀ ਕਮੇਟੀ ਵੱਲੋਂ ਮੋਟਰਸਾਈਕਲ ਨਾਲ ਹੋਏ ਹੈ ਲਓ ਪਰ ਸਾਹਮਣੇ ਮੱਲੀ ਪਰਿਵਾਰ ਦਾ ਮੁੰਡਾ ਹੈ ਸੁੱਖਾ ਕਹਿੰਦੇ ਬਘੇਲੇ ਵਾਲੇ ਪਿੰਡ ਦਾ ਹੈ ਦੁਨੀਆਂ ਦਾ ਮੰਨਿਆ ਪ੍ਰਮੰਨਿਆ ਖਿਡਾਰੀ ਇੱਕ ਰਨ ਦਾ ਕਹਿੰਦੇ ਵਾਧਾ ਕਰਦਾ ਹੋਇਆ ਹੈ ਸਾਹਮਣੇ ਭਰੌੜ ਵਾਲਾ ਫੜ ਰਹੇ ਤਿਆਰੀ ਨੌਜਵਾਨ ਹੈ ਤੇਰੇ ਉੱਪਰ ਉਮੀਦਾਂ ਨੇ ਰਸੂਲਪੁਰ ਦੀ ਟੀਮ ਨੂੰ ਇੱਕ ਆਸ ਹੈ ਤੇਰੇ ਉੱਪਰ ਰਸੂਲਪੁਰ ਦੇ ਵਿੱਚ ਵੀ ਕੱਲ੍ਹ ਪਹਿਲਾ ਦਿਨ ਹੈ ਨਰੋਲ ਟੂਰਨਾਮੈਂਟ ਹੈ ਰਸੂਲਪੁਰ ਬੱਲੇ ਦੀ ਗੱਲ ਹੈ ਔਰ ਡਾਣੇ ਦੇ ਵਿੱਚ ਅੱਜ ਜਿਹੜਾ ਪਹਿਲਾ ਦਿਨ ਖੇਡੇ ਜਾ ਰਹੇ ਹੈ ਪੰਜਾਬ ਦੇ ਵਿੱਚ ਵੱਡੇ ਕੈਂਪਾਂ ਦੀ ਗੱਲ ਹੈ ਔਰ ਕਲਾਰ ਦੇ ਵਿੱਚ ਲਾਸਟ ਬੋਲ ਹੈ ਲਓ ਤਗੜੀ ਬਾਲ ਤੇ ਰਨ ਵੇਖਾਂਗੇ ਵੀ ਇੱਕ ਜਿਹੜਾ ਜ਼ਰੂਰ ਮਿਲੇਗਾ ਇੱਕ ਰਨ ਦਾ ਕਿਤੇ ਵਾਧਾ ਹੋ ਚੁੱਕਿਆ ਹੈ ਨਹੀਂ ਆਇਆ ਵੀਰੇ ਗਜੇ ਵਾਸੀਆ ਬੱਬੂ ਨਹੀਂ ਆਇਆ ਲਓ ਜੈਕਬ ਜੀ ਫੇਰ ਬਾਲ ਸਾਹਮਣੇ ਸੁੱਖਾ ਲਓ ਤਗੜੀ ਬਾਲ ਤੇ ਸਾਹਮਣੇ ਕਹਿੰਦੇ ਗਲੈਡੀਏਟਰ ਹੈ ਕ੍ਰਿਕਟ ਦੀ ਦੁਨੀਆ ਦਾ ਕਹਿੰਦੇ ਵੱਡਾ ਵੱਲ ਤਰਵਿੰਦਰ ਬਰਾੜ ਜਿਹਦੀ ਦੁਨੀਆ ਫੈਨ ਹੈ ਅਗਲਾ ਮੈਚ ਵੀਰੇ ਹਜੇ ਪਤਾ ਨਹੀਂ ਸੀਗਾ ਕਿਉਂਕਿ ਟਾਈਆਂ ਕੈਂਸਲ ਕਰਤੀਆਂ ਇਹਨਾਂ ਨੇ ਟੀਮਾਂ ਲੇਟ ਹੋ ਗਈਆਂ ਲਓ ਸਿਰੇ ਦੀ ਬਾਲ ਤੇ ਭਰੌੜ ਵਾਲੇ ਨੂੰ ਵੀ ਜਾਣਾ ਪੈਣਾ ਹੈ ਵਿਕਟ ਦਾ ਕਹਿੰਦੇ ਪਤਨ ਇੱਕ ਵਿਕਟ ਹੋਰ ਡਿੱਗ ਚੁੱਕੀ ਹੈ ਅਗਲਾ ਪਲੇਅਰ ਹੈਪੀ ਰਸੂਲਪੁਰੀ ਹੈ ਨਾਲ ਹੀ ਡੱਲੇ ਦੀ ਟੀਮ ਨੂੰ ਵੀਰੇ ਅਪਡੇਟ ਵੀਰੇ ਡੱਲੇ ਦੀ ਟੀਮ ਜਿੱਥੇ ਮੇਰੀ ਆਵਾਜ਼ ਸੁਣਦੀ ਹੈ ਆ ਕੇ ਟੌਸ ਕਰੇ ਵੀਰੇ ਟਰਾਲੀ ਭਾਈ ਦੇ ਨਾਲ ਲੈਮਨ ਡੱਲੇ ਦੀ ਟੀਮ ਵੀਰੇ ਅਪਡੇਟ ਲਓ ਸੋਹਣੀ ਬਾਲ ਜੈਕਬ ਨੂਰ ਪ੍ਰਵੇੜ ਦਾ ਲੈ ਵੀ ਦੱਸੇ ਕਿੰਨੇ ਰਨ ਹੋ ਗਏ 22 ਰਨ ਹੋ ਗਏ ਪਹਿਲਾਂ ਵੀਰੇ ਕੁੱਡੀ ਤੇ ਰਵੀ ਕਰਕੇ ਗਏ ਡਰੋਲੀ ਵੀ ਆ ਗਈ ਵੀਰੇ ਤਲਵਿੰਦਰ ਕੋਠੇ ਪੁੰਨੇ ਚ ਲਓ ਤਿੰਨ ਓਵਰ ਦੇ 22 ਰਨ ਜਿਹੜੇ ਹੋ ਚੁੱਕੇ ਹੈ ਖੇਡ ਦੇ ਮੈਦਾਨ 'ਚ ਤਿੰਨ ਓਵਰ ਤੇ ਰਨ ਜਿਹੜੇ 22 ਹੋ ਗਏ ਹੈ ਲਾਸਟ ਓਵਰ ਲੈ ਵੀ ਜੈਕਬ ਨਾ ਦੱਸੀ ਮੁੰਡੇ ਦਾ ਵਿੱਕੀ ਨੂਰ ਪ੍ਰਵੇਟ ਦਾ ਲੈ ਵੀ ਸੁੱਖਿਆ 5 ਬਾਲਾਂ ਹੈ ਔਰ ਪੰਜਾਂ ਦੇ ਵਿੱਚ 2-3 ਛੱਕੇ ਜ਼ਰੂਰੀ ਹੈ ਲਓ ਬੱਲੇ 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 ਪਹਿਲਾ ਛੱਕਾ ਵੱਜ ਗਿਆ ਤੇ ਰਨ 28 ਹੋ ਗਏ ਰਨ 28 ਹੋ ਗਏ ਸੁੱਖਾ ਲੈ ਵੀ ਚਾਹ ਲਾ ਵੀਰ ਸਟੇਜ ਤੇ ਵੀਰੇ ਚਾਹ ਪੂਰੀ ਨਹੀਂ ਕਰਦੇ ਚਾਹ ਲਾ ਵੀਰ ਡੱਲਾ ਗਈ ਵੀਰੇ ਲੈ ਵੀ ਡਰੋਲੀ ਵਾਲਾ ਕਰਾ ਟੌਸ ਕਰ ਆ ਵੀ ਡਰੋਲੀ ਦੀ ਟੀਮ ਦਾ ਪਲੇਅਰ ਡੱਲਾ ਆ ਗਈ ਵੀਰੇ ਲਓ ਕਹਿੰਦੇ ਛੱਕਾ ਕਹਿੰਦੇ ਵੱਜਿਆ ਖੇਡ ਦੇ ਮੈਦਾਨ ਵਿੱਚ ਬਘੇਲੇ ਵਾਲੇ ਪਿੰਡ ਦਾ ਕਹਿੰਦੇ ਸੁੱਖਾ ਹੈ ਅੱਜ ਬਹਿਰਿਆ ਬਹਿਰਿਆ ਪਰਿਵਾਰ ਹੈ ਤੇ ਵਿੱਕੀ ਕਹਿੰਦੇ ਬਾਲ ਮਾਰੇ ਹੈ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭੁਲੇਖਾ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਰੋਲ ਦਿੱਤੇ ਇੱਥੇ ਅਸੀਂ
ਹੈ ਦੁਖੜੇ ਰਸੂਲਪੁਰ ਪਿੰਡ ਦਾ ਪੁੱਤ ਬਣ ਕੇ ਖੇਡ ਰਿਹਾ ਹੈ ਰੈਕੜੂ ਵਸੀਆਂ ਮੱਲਾ ਟੱਲਾ ਦੇੜ ਕੇ ਖਾੜਾ ਰਾਮਾ ਚਾਕਰ ਲੱਖਾਂ ਹਠੂਰ ਮਾਰੂਗੇ ਐਨ ਕਹਿੰਦੇ ਮਸ਼ਹੂਰ ਔਰ ਵੇਖਦੇ ਵੀ ਬਾਲ ਫਿਰ ਕਹਿੰਦੇ ਨੂਰ ਪ੍ਰਵੇਰ ਦਾ ਦੋਨੋਂ ਟੀਮਾਂ ਕਹਿੰਦੇ ਇੱਕੋ ਜ਼ਿਲ੍ਹੇ ਰਹੀ ਹੈ ਪਰ ਵੇਖਦਾ ਵੀ ਕਿਸਮਤ ਅੱਜ ਵੱਖੋ ਵੱਖ ਹੈ ਉਹ ਬੱਲੇ ਲਹਿਰੀ ਤਾੜੀ ਜ਼ੋਰਦਾਰ ਲਗਾਤਾਰ ਚੌਥਾ ਛੱਕਾ ਹੈ ਤੇ ਬਿੱਕੀ ਦਾ ਦਿਲ ਵੀ ਕਹਿੰਦੇ ਧੱਕ 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 ਕਰੀ ਜਾਂਦਾ ਮੇਰੇ ਵੀਰੇ ਚਾਰ ਛੱਕੇ ਐਨ ਗੱਲਾਂ ਟਿਕਾਣੇ ਤਿੰਨ ਛੱਕੇ ਤਿੰਨ ਵੱਜ ਗਏ ਹੈ ਐਨ ਗੱਲਾਂ ਕਹਿੰਦੇ ਟਿਕਾਣੇ ਹੈ ਲਓ ਸਿਰੇ ਦੀ ਬਾਲ ਲਹਿਰੀ ਸੁੱਖੇ ਲਈ ਤਾੜੀ ਮਾਰਦੇ ਫਿਰ ਜ਼ੋਰਦਾਰ ਬਾਕੀ ਕਹਿੰਦੇ ਬਘੇਲੇ ਵਾਲੇ ਨੇ ਐਨ ਕਮਾਲ ਹੀ ਕਰ ਦਿੱਤੀ ਹੈ ਲਹਿਰੀ ਕਿੰਨੇ ਬਣ ਗਏ ਤੇ ਕਿੰਨੇ ਉਹਦਾ ਟਾਰਗੇਟ ਹੈ ਲੈਵੀ ਚਾਲੀ ਰਨ ਦੇ ਇਕਤਾਲੀ ਦਾ ਟਾਰਗੇਟ ਹੈ ਵੀਹ ਬਾਲਾਂ ਦੇ ਵਿੱਚ ਇਕਤਾਲੀ ਬਣਾਉਣੀ ਹੈ ਤੇ ਨਾਲ ਹੀ ਬਾਲਾਂ ਪੂਜੇ ਕਰ ਦਿਓ ਉੱਧਰ ਟੀਮਾਂ ਜਿੰਨੀਆਂ ਵੀ ਸਾਡੇ ਦਰਮਿਆਨ ਹੈ ਸਾਰਿਆਂ ਦੇ ਧੰਨਵਾਦ ਹੈ ਮੋਸਟ ਵੈਲਕਮ ਹੈ ਜੀ ਆਇਆਂ ਨੂੰ ਮੇਰੇ ਵੱਲੋਂ ਕਮਲ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਜਿਹੜਾ ਧੰਨਵਾਦ ਸਾਰੀਆਂ ਟੀਮਾਂ ਦਾ ਔਰ ਦਿਲੋਂ ਸ਼ੁਕਰਗੁਜ਼ਾਰ ਹੈ ਸਾਡੇ ਸਾਰੇ ਭਰਾਵਾਂ ਦੇ ਲੈਵੀ ਰਸੂਲਪੁਰ ਦੀ ਟੀਮ ਦੀ ਐਂਟਰੀ ਜਿਹੜੀ ਲੈਵੀ ਤਾਰੇ ਓਕੇ ਓਕੇ ਵੀਰੇ ਅੰਬੈਰ ਨੂੰ ਫੜਾ ਦਿਓ ਕੋਈ ਗੱਲ ਨੀ ਲਓ ਰਵੀ ਤੇ ਕਹਿੰਦੇ ਅੰਬਰ ਖੇਡ ਦੇ ਮੈਦਾਨ ਵਿੱਚ ਮੇਰੇ ਹਿਸਾਬ ਨਾਲ ਲਗਭਗ ਗਰਾਊਂਡ ਦੇ ਵਿੱਚ 11 ਮੋਟਰਸਾਈਕਲ ਹੈ ਔਰ 2 ਕਹਿੰਦੇ ਗੱਡੀਆਂ ਆ ਗਈਆਂ ਮੇਰੇ ਹਿਸਾਬ ਨਾਲ ਕਿਉਂਕਿ ਦੋਨੋਂ ਖਿਡਾਰੀਆਂ ਨੇ ਅੰਬਰ ਨੇ 7 ਮੋਟਰਸਾਈਕਲ ਜਿੱਤੇ ਹੈ ਉਧਰ ਵੀ ਕਹਿੰਦੇ 5-6 ਮੋਟਰਸਾਈਕਲ ਜਿੱਤੀ ਬੈਠਾ ਹੈ ਗੱਲਾਂ ਟਿਕਾਣੇ ਹੈ ਔਰ ਕਹਿੰਦੇ ਮੁੰਡੇ ਨੇ ਗੱਡੀ ਵੀ ਜਿੱਤੀ ਪਿਛਲੇ ਸਾਲ ਔਰ ਹੀਰੇ ਦੇ ਮੇਲੇ ਤੇ ਐਨ ਗੱਲਾਂ ਕਹਿੰਦੇ ਟਿਕਾਣੇ ਲਾਈਆਂ ਉਧਰ ਸੁਨੇ ਜੀ ਤੇ ਬਰਾੜ ਦਾ ਪੇਡੂ ਹੈ ਅੰਬਰ ਜਿਉਣ ਵਾਲੇ ਪਿੰਡ ਦਾ ਬਾਬੇ ਫਰੀਦ ਦੀ ਨਗਰੀ ਦਾ ਵੀ ਫਰੀਦ ਦਾ ਖਾਕ ਨਾ ਨਿੰਦੀਏ ਖਾਕੋ ਜੇੜ ਨਾ ਕੋਈ ਜੀਵ ਦੇ ਪੈਰਾਂ ਤਲੇ ਤੇ ਮੋਹ ਉੱਪਰ ਹੋਏ ਉਹਨਾਂ ਨੂੰ ਬਾਏ ਮਿਲੀ ਹੋਏ ਵੀਰੇ ਦੂਜੇ ਰਾਊਂਡ 'ਚ ਹੋਊਗਾ ਮੈਚ ਉਹਨਾਂ ਦਾ ਲੈ ਵੀ ਜਾਲੀ ਦੇ ਨਾਲ ਔਰ ਜਿੰਨੇ ਵੀ ਪਲੇਅਰ ਹੈ ਵੱਡਾ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਵੀ ਖਿਡਾਰੀ ਆਏ ਹੈ ਔਰ ਟੀਮਾਂ ਕਹਿੰਦੇ ਸਾਰੇ ਚੋਟੀ ਦੀ ਹੈ ਔਰ ਦੁਨੀਆ ਅੰਦਾਜ਼ੇ ਲਾ ਰਹੀ ਹੈ ਵੀ ਜੇ ਨੂਰਪੁਰ ਨੇ ਬੋਲ ਕਲੀਅਰ ਕਰਨਾ ਹੈ ਪਰ ਦਰਸ਼ਕਾਂ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਵੀ ਇਹ ਪਹਿਲੇ ਓਵਰ ਦੀ ਪਹਿਲੀ ਬਾਲ ਦੇ ਉੱਪਰ ਜ਼ਰੂਰ ਕੁਝ ਨਾ ਕੁਝ ਹੋਣਾ ਹੈ ਤੇ ਬਰਾੜਾ ਤੈਨੂੰ ਤਕੜਾ ਹੋਣਾ ਪੈਣਾ ਹੈ ਪਹਿਲੀ ਬਾਲ ਤੇ ਕੁਝ ਨਾ ਕੁਝ ਜ਼ਰੂਰ ਹੋਣਾ ਹੈ ਕਿਉਂਕਿ ਇੱਕ ਦੂਜੇ ਦੇ ਭੇਤੀ ਨੇ ਇੱਕ ਪਾਸੇ ਮੁੰਡਾ ਗਰੇ ਵਾਲਾ ਦਾ ਤੇ ਸਾਹਮਣੇ ਮੁੰਡਾ ਕੋਹਲੀ ਪਰਿਵਾਰ ਦਾ ਰਵੀ ਨੂਰ ਬਰਵੇੜ ਦਾ ਅਗਲਾ ਪਲੇਅਰ ਬਾਈ ਲੈ ਕੇ ਮੇਰੇ ਕੋਲ ਆਵੇ ਲਓ ਪਹਿਲੀ ਬਾਲ ਖੇਡ ਮੈਦਾਨ ਦੇ ਵਿੱਚ ਲਓ ਬੱਲੇ 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 ਮੈਂ ਪਹਿਲਾਂ ਆਖਿਆ ਵੀ ਪਹਿਲੀ ਬਾਲ ਦੇ ਕੁਝ ਨਾ ਕੁਝ ਜ਼ਰੂਰ ਹੋਣਾ ਹੈ ਪਰ ਵੇਖਦੇ ਵੀ ਤਾਰੇ ਦੀ ਸੋਹਣੀ ਟਰਾਈ ਹੈ ਪਰ ਸਾਹਮਣੇ ਵੀ ਕਹਿੰਦੇ ਦੁਨੀਆ ਨਾਗ ਆਖਦੀ ਹੈ ਫਰੀਅਰ ਆਖਦੀ ਹੈ ਵੀ ਚੰਡੀਗੜ੍ਹ ਦੀ ਭੂਤ ਸੁਣੀ ਨੀ ਧੂਰੀ ਸ਼ਹਿਰ ਦਾ ਪੱਖਾ ਨੂਰਪੁਰੇ ਦੇ ਨਾਗ ਦੇਵਤੇ ਲੁਧਿਆਣੇ ਦਾ ਮੱਥਾ ਸੋਸਨਗੜ ਦੇ ਝੋਟੇ ਕੁੱਟ ਤੇ ਭੁੱਚੂ ਰਵੇ ਖੜੱਪਾ ਜਹਾਜ਼ ਨਾਲ ਰੱਖਦਾ ਬਲੀ ਧਮੋਟ ਪਿੰਡ ਦਾ ਲੱਖਾਂ ਦੇ ਕਹਿੰਦੇ ਸਾਰੇ ਆਏ ਹੈ ਅੱਜ ਬੜੇ ਕਹਿੰਦੇ ਸਟਾਰ ਆਏ ਹੈ ਲੈ ਵੀ ਭਰਾਉਣ ਵਾਲਾ ਫੜ ਵੇ ਤਿਆਰੀ ਲਓ ਬੱਲੇ 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 ਬਾਲ ਜਿਹੜੀ ਵਾਈਡ ਇੱਕ ਰਨ ਦਾ ਹੋਰ ਜਿਹੜਾ ਵਾਧਾ ਹੁੰਦਾ ਹੋਇਆ ਨੂਰਪੁਰ ਦੀ ਟੀਮ ਦੇ ਲਈ ਅੱਜ ਸੁਪਰ ਸਟਾਰਾਂ ਦੇ ਨਾਲ ਟੀਮਾਂ ਨੰਗੋ ਨੰਗ ਭਰੀਆਂ ਹੋਈਆਂ ਨੇ ਪਲਾਰ ਦਾ ਖੇਡ ਵੇਲਾ ਹੈ ਤੇ ਕਹਿੰਦੇ ਰਿਸ਼ੀਆਂ ਮੁਨੀਆਂ ਦੀ ਯਾਦ ਨੂੰ ਤਾਜ਼ਾ ਕੀਤਾ ਹੈ ਗੱਲਾਂ ਕਹਿੰਦੇ ਟਿਕਾਣੇ ਹੈ ਬਹਾਦਰ ਬਾਬਾ ਕੇਹਰ ਦਾਸ ਜੀ ਜਿਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਦਾ ਖੇਡ ਮੇਲਾ ਹੈ ਲਓ ਬਾਲ ਫਿਰ ਸੋਨੀ ਦੀ ਲਓ ਤਕੜਾ ਫਲਿੱਕ ਮਾਰ ਦਿੱਤਾ ਹੈ ਇਹਨੂੰ ਨਾਗ ਆਖਦੀ ਹੈ ਦੁਨੀਆ ਰਨ ਇੱਕ ਇੱਕ ਦਾ ਵਾਧਾ ਆਉਂਦਾ ਹੋਇਆ ਨੂਰਪੁਰ ਦੀ ਟੀਮ ਲਈ ਉਧਰ ਕੇਚਰ ਦਾ ਵੀ ਧੰਨਵਾਦ ਬੁਲਾਰੇ ਪਿੰਡ ਦਾ ਕੇਚਰ ਹੈ ਜਿਹਨੇ ਕਹਿੰਦੇ ਗੋਬਿੰਦਗੜੀਆਂ ਨੂੰ ਆਊਟ ਕੀਤਾ ਹੈ ਧਾਂਦਰੇ ਦੇ ਵਿੱਚ ਤੇ ਗੋਬਿੰਦਗੜੀਆਂ ਨੇ ਵੀ ਪਹਿਲੀ ਵਾਰ ਤੇ ਕੇਚਰ ਨੂੰ ਉੱਥੇ ਬਿਠਾਤਾ ਹੈ ਜਿੱਥੇ ਕੇਚਰ ਨੇ ਜੌਂਟੀ ਪਾਇਆ ਹੈ ਪਰ ਤਲਵਿੰਦਰ
ਤੇ ਛੁੱਟੀ ਆ ਥੋੜ੍ਹੀ ਜਿਹੀ, ਬਾਕੀ ਤਾਂ ਸਹੀ ਆ ਵੀਰੇ। ਤਲਵਿੰਦਰ ਕੋਠੇ ਪੁਣੇ 'ਚ ਖੇਡੂ ਵੀਰੇ। ਸਨੀ ਸਤਿਆਣਾ ਲੈ ਵੀ ਟਰੋਲੀ ਵਾਲੇ ਕੀ ਕਰੋਗੇ? ਟਰੋਲੀ ਭਾਈ ਦੀ ਟੀਮ ਠੀਕ ਹੈ ਵੀਰੇ, ਬੋਲਿੰਗ ਹੈ, ਧੰਨਵਾਦ ਹੈ ਤੇ ਡੱਲੀ ਦੀ ਬੈਟਿੰਗ ਹੈ, ਟੀਮਾਂ ਵੀ ਤਿਆਰ ਰਹਿਣ। ਨਾਲੇ ਕਮਲ ਕੁਠਾਲੇ ਵਾਲਾ ਅਗਲੇ ਮੈਚ ਦੀ ਗੱਲ ਕਰਨੀ ਹੈ, ਨੌਜਵਾਨ ਹੈ ਔਰ ਵੱਡਾ ਧੰਨਵਾਦ ਹੈ ਪਿਛਲੇ ਦਿਨਾਂ ਤੋਂ ਸਲਾਮਾਂ ਨਿਭਾ ਰਿਹਾ ਹੈ, ਇਹਨਾਂ ਖੇਡ ਮੈਦਾਨਾਂ ਦਾ ਵਧੀਆ ਬੁਲਾਰਾ ਹੈ ਔਰ ਕੁਠਾਲਾ ਪਿੰਡ ਵੀ ਬੜਾ ਪ੍ਰਸਿੱਧ ਹੈ, ਸਨੀ ਵਰਗਿਆਂ ਦਾ ਪਿੰਡ, ਕਲਵੀਰੇ ਵਰਗਿਆਂ ਦਾ, ਕਾਲੇ ਵਰਗਿਆਂ ਦਾ ਪਿੰਡ ਹੈ, ਸਾਡੇ ਭਰਾਵਾਂ ਦਾ ਔਰ ਵੱਡੇ ਮਾਣ ਕਰਦੇ ਖਿਡਾਰੀਆਂ ਦੇ, ਵੱਡਾ ਮੇਲਾ ਆਉਂਦਾ ਕੁਠਾਲੇ ਦੇ ਵਿੱਚ। ਬੱਲੇ ਬੱਲੇ ਉਹ ਬਾਲ
ਬੱਲੇ ਬੱਲੇ
ਕੀਤੀ ਕਿਧਰੇ ਰੋਕ ਲੈ ਵੀ ਮੇਰੇ ਹਿਸਾਬ ਨਾਲ